ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦਿੱਲੀ ਜਾਣ ਵਾਲੀ ਰੇਲ ਦੇ ਨਾਲ ਵਾਪਰਿਆ ਭਿਆਨਕ ਹਾਦਸਾ ਮੱਚੀ ਹਾਹਾਕਾਰ ਵੀਡੀਓ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇੱਕ ਅਜਿਹੀ ਦੁਖਦਾਈ ਖਬਰ ਜਿਹੜੀ ਹਰਿਆਣਾ ਸੂਬੇ ਦੇ ਵਿੱਚ ਵਾਪਰੀ ਆ ਦੁਪਹਿਰ ਦੇ ਸਮੇਂ ਇਸ ਘਟਨਾ ਦੇ ਵਿੱਚ ਵੱਡਾ ਨੁਕਸਾਨ ਹੋ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਰੋहतक ਤੋਂ ਦਿੱਲੀ ਦੇ ਵਿਚਕਾਰ ਚੱਲਣ ਵਾਲੀ ਪੈਸੰਜਰ ਗੱਡੀ ਨੂੰ ਅਚਾਨਕ ਅੱਗ ਲੱਗੀ ਅੱਗ ਲੱਗਣ ਦੇ ਨਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਇਸ ਦੇ ਨਾਲ ਪੈਸੰਜਰ ਗੱਡੀ ਤੇ ਪੰਜ ਡੱਬੇ ਅੱਗ ਦੇ ਨਾਲ ਬੁਰੀ ਤਰ੍ਹਾਂ ਜਿਹੜੇ ਨੁਕਸਾਨੇ ਗਏ ਦੱਸਿਆ ਜਾ ਰਿਹਾ ਕਿ ਘਟਨਾ ਰੋहतक ਸਟੇਸ਼ਨ ਦੇ ਯਾਰਡ ਦੇ ਵਿੱਚ ਵਾਪਰੀ ਜਿੱਥੇ ਇੱਕ ਯਾਤਰੀ ਟ੍ਰੇਨ ਦੀ ਮੇਨ ਲਾਈਨ ਇਲੈਕਟ੍ਰੀਕਲ ਮਲਟੀਪਲ ਜੁਨਟ ਦੇ ਚਾਰ ਡੱਬੇ ਸੜ ਗਏ ਤੇ ਮੌਜੂਦਾ ਲੋਕਾਂ ਦੇ ਦੱਸਣ ਮੁਤਾਬਕ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਪਾਟੜੀ ਦੇ ਉੱਤੇ ਖੜਾ ਹੋਇਆ ਡੀਜ਼ਲ ਵੀ ਇੰਜਨ ਦੀ ਡੀਜ਼ਲ ਇੰਜਨ ਵੀ ਇਸ ਦੀ ਲਪੇਟ ਦੇ ਵਿੱਚ ਆਉਣ ਤੋਂ ਨਾ ਬਚ ਸਕਿਆ ਦੱਸਣਯੋਗ ਹੈ ਕਿ ਇੱਥੇ ਖੜੀ ਹੋਈ ਯਾਤਰੀ ਰੇਲ ਗੱਡੀ ਨੇ ਦੁਪਹਿਰੇ ਸਵਾ 4 ਵਜੇ ਦਿੱਲੀ ਲਈ ਰਵਾਨਾ ਹੋਣਾ ਸੀ ਪਰ 2:30 ਵਜੇ ਦੇ ਕਰੀਬ ਇਸ ਨੂੰ ਅਚਾਨਕ ਅੱਗ ਲੱਗੀ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਦੇ ਉੱਪਰ ਅੱਗ ਬੁਝਾਊ ਵਿਭਾਗ ਦੇ ਕਰਮਚਾਰੀ ਪਹੁੰਚ ਗਏ ਸੋ ਦੋਸਤੋ ਤੁਹਾਡੇ ਫੋਨ ਦੀ ਡਿਸਪਲੇ ਦੇ ਉੱਪਰ ਮੱਚਦੀ ਹੋਈ ਗੱਡੀ ਦੀਆਂ ਨਿਕਲਦੀਆਂ ਹੋਈਆਂ ਲਾਟਾਂ ਦੇਖ ਸਕਦੇ ਹੋ ਸੋ ਅੱਗ ਦੇ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਗਈਆਂ ਸਨ ਉਹ ਸਫਲ ਹੋ ਚੁੱਕੀਆਂ ਨੇ ਫਿਲਹਾਲ ਹੁਣ ਗੱਡੀ ਸੜਕੇ ਸਵਾਹ ਹੋ ਚੁੱਕੀ ਆ ਤੇ ਅੱਗ ਤੇ ਕਾਬੂ ਪਾਇਆ ਜਾ ਚੁੱਕਾ ਹੈ ਡੀਜ਼ਲ ਵੀ ਗੱਡੀ ਦੀ ਅੱਗ ਦੀ ਲਪੇਟ ਦੇ ਵਿੱਚ ਆਇਆ ਤੇ ਮੌਕੇ ਤੇ ਪੁੱਜਿਆ ਨੂੰ ਪੁਲਿਸ ਲੋੜੀਂਦੀ ਜਾਣਕਾਰੀ ਹਾਸਲ ਕਰਕੇ ਘਟਨਾ ਦੀ ਤਫ਼ਤੀਸ਼ ਕਰਨ ਦੇ ਵਿੱਚ ਜੁੱਟ ਚੁੱਕੀ ਆ ਪਰ ਡੱਬਿਆਂ ਨੂੰ ਅਚਾਨਕ ਖੜੇ ਖੜੇ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਾ ਸੋ ਜਿੱਦਾਂ ਹੀ ਪਤਾ ਲੱਗੇਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ